वाहेगुरु जी का खालसा, वाहेगुरु जी की फतेह। मैं पंथ दा दास सिमरनजीत सिंह मान तुहाडे नाल संगरूर तो कोई जरूरी गल्लां पंथ ते मनुखी अधिकारां दे उत्ते करनियां ने। अज सानू दिखदा है कि सिखां दे उत्ते ते घट गिनतियां दे उत्ते जिहड़ी बीजेपी आरएसएस कट्टरवाद हिंदुत्ववाद सरकार है ये बहुत जुर्म कर रही है। 32-32 सालों तो साडे सिख कैद कट रहे है, उहदे विच साडे जथेदार अकाल तख्त साहब दे भी है, हवाड़ा साहब और वारिस ए पंजाब दे जिहड़े लीडर है उन्हां नूं असाम दे जेल दे विच ताड़िया होया है, थोड़िया जिहा नूं अमृतसर जेल दे विच ताड़िया होया है। जे मैं सरकार तों आग्या मंगदा है कि मैं बतौर MP उन्हां नूं मिल लवां ते ओह भी मैनूं इजाजत नहीं दित्ती जांदी, जिहड़ा कि मेरा जिहड़ा अहुदा है ਉਹਦਾ ਇਹ BJP ਅਤੇ RSS ਦੀ ਸਰਕਾਰ ਪੂਰਾ ਸਤਿਕਾਰ ਨਹੀਂ ਰੱਖਦੀ ਹੈਗੀ। ਅੱਜ ਵਾਰਿਸ ਏ ਪੰਜਾਬ ਦੇ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਅੰਮ੍ਰਿਤਸਰ ਸਾਹਿਬ ਜੇਲ੍ਹ ਦੇ ਵਿੱਚ ਬੰਦ ਨੇ, ਉਹ ਭੁੱਖ ਹੜਤਾਲ ਦੇ ਉੱਤੇ ਹੈਗੇ ਹੈ ਅਤੇ ਅਜੇ ਤੱਕ ਸਾਨੂੰ ਕੋਈ ਰਿਪੋਰਟ ਨਹੀਂ ਮਿਲੀ ਕਿ ਉਹਨਾਂ ਦੀ ਸਿਹਤ ਕਿਹੋ ਜਿਹੀ ਹੈਗੀ ਹੈ। 17 ਤਰੀਕ ਨੂੰ ਸਰ ਅੰਮ੍ਰਿਤਪਾਲ ਸਿੰਘ ਦੇ ਵਾਰਿਸ ਇਹ ਪੰਜਾਬ, ਇਹ ਇੱਕ ਬਹੁਤ ਵੱਡਾ ਇਕੱਠ ਅੰਮ੍ਰਿਤਸਰ ਕਰ ਰਹੇ ਹੈ ਅਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਉੱਥੇ ਆਪਾਂ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਅਤੇ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਤੁਹਾਨੂੰ ਸਿੱਖਾਂ ਦੇ ਨਾਲ ਗੱਲ ਕਰਨੀ ਪਊਗੀ। ਸਾਨੂੰ ਇਹ ਵੀ ਪਤਾ ਹੈ ਕਿ ਇਹ ਇੱਕ ਰਿਵਾਜ਼ ਬਣ ਗਿਆ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਤੱਕ ਕਿ ਜਦੋਂ ਵੀ ਪਾਰਲੀਮੈਂਟ ਦੇ ਇਲੈਕਸ਼ਨਸ ਆਉਂਦੇ ਹੈ ਉਦੋਂ ਘੱਟ ਗਿਣਤੀਆਂ ਦੇ ਉੱਤੇ ਸੈਂਟਰ ਦੀ ਸਰਕਾਰ, ਬੇਸ਼ੱਕ ਇੰਦਰਾ ਗਾਂਧੀ ਹੋਵੇ, ਰਾਜੀਵ ਗਾਂਧੀ ਹੋਵੇ, ਮੋਦੀ ਹੋਵੇ, ਇਹ ਕੁਛ ਨਾ ਕੁਛ ਜਬਰ ਘੱਟ ਗਿਣਤੀਆਂ 'ਤੇ ਕਰਦੇ ਹੈ, ਜਿਹਦੇ ਨਾਲ ਜਿਹੜੇ ਹਿੰਦੂ ਵੋਟਰ ਹੈ ਉਹ ਸਾਰੇ ਇਕੱਠੇ ਹੋ ਜਾਣ ਅਤੇ ਇਹਨਾਂ ਨੂੰ ਵੋਟਾਂ ਬਹੁਤ ਪੈਣ। ਮੈਂ ਗੱਲ ਸ਼ੁਰੂ ਕਰਦਾ 1986 'ਚ ਜਦੋਂ ਇੰਦਰਾ ਗਾਂਧੀ ਨੇ ਓਪਰੇਸ਼ਨ ਬਲੂ ਸਟਾਰ ਕਰਕੇ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਦਾਖਲ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਸ਼ਹੀਦ ਕੀਤਾ ਸੀ ਅਤੇ ਸਾਡੀ ਨਵੀਂ ਪੂੰਗਰ ਦੀ ਹੋਈ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਤੇ ਸਾਰੇ ਉੱਥੇ ਸ਼ਹੀਦ ਕਰ ਦਿੱਤੇ ਸੀਗੇ। ਉਦੋਂ ਬਾਅਦ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਿਆ ਅਤੇ ਉਸ ਨੇ ਸਾਰੇ ਦਿੱਲੀ, ਅਲਾਹਾਬਾਦ, ਕਾਨਪੁਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਾਤਾ ਅਤੇ ਫਾਇਦਾ ਇਹ ਹੋਇਆ ਕਿ ਰਾਜੀਵ ਗਾਂਧੀ ਨੂੰ ਬਹੁਤ ਵੋਟਾਂ ਪਈਆਂ, ਜੋ ਕਰਕੇ ਉਸ ਨੇ ਅਤੇ ਉਸ ਦੀ ਮਾਂ ਨੇ ਸਿੱਖਾਂ ਦੇ ਉੱਤੇ ਜਬਰ ਕੀਤਾ ਸੀ ਅਤੇ ਨਸਲਕੁਸ਼ੀ ਕੀਤੀ ਸੀਗੀ। ਉਦੋਂ ਬਾਅਦ ਮੋਦੀ ਸਾਹਿਬ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ, 2013 ਦੇ ਵਿੱਚ ਇਹਨਾਂ ਨੇ 60,000 ਸਿੱਖ ਜ਼ਿਮੀਂਦਾਰ ਬੇਕਾਰ ਕਰਤੇ, ਉਹਨਾਂ ਦੇ ਘਰ ਖੋਲ੍ਹੇ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਲ੍ਹੀਆਂ ਅਤੇ 1992 ਦੇ ਵਿੱਚ 92 ਦੇ ਵਿੱਚ ਬਬਰੀ ਮਸਜਿਦ ਸ਼ਹੀਦ ਕਰ ਦਿੱਤੀ ਅਤੇ ਉਦੋਂ ਬਾਅਦ ਹੁਣੇ ਮੋਦੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਹੁਤ ਵੱਡਾ ਜਲਸਾ ਕੀਤਾ ਕਿ ਰਾਮ ਮੰਦਰ ਦੀ ਉਸਾਰੀ ਦਾ, ਅਤੇ ਉਹਦਾ ਨੀਂਹ ਪੱਥਰ ਰੱਖਿਆ
ਜਦਕਿ ਸੰਵਿਧਾਨ ਇੰਡੀਆ ਦਾ ਕਹਿੰਦਾ ਕਿ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਸਰਕਾਰ ਕਿਸੇ ਮਜ਼ਹਬ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਸਕਦੀ ਹੈਗੀ। ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਔਰ 2019 ਦੇ ਵਿੱਚ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਉਦੋਂ ਪਹਿਲਾਂ ਮੋਦੀ ਸਾਹਿਬ ਨੇ ਬੀਜੇਪੀ RSS ਨੇ ਪਾਕਿਸਤਾਨ ਦੇ ਵਿੱਚ ਬਾਲਾਕੋਟ ਦੇ ਵਿੱਚ ਆਪਣੀ ਹਵਾਈ ਫੌਜ ਦੇ ਮਿਰਾਜ ਫਾਈਟਰ ਜੈਟਸ ਭੇਜ ਕੇ ਬਾਲਾਕੋਟ ਦੇ ਉੱਤੇ ਹਮਲੇ ਕਰ ਦਿੱਤੇ। ਉਦੋਂ ਬਾਅਦ ਜਿਹੜੇ ਹਿੰਦੂ ਵੋਟਰ ਸੀਗੇ ਉਹ ਇੱਕ ਹੋ ਗਏ ਅਤੇ ਮੋਦੀ ਸਾਹਿਬ ਨੂੰ ਫਿਰ ਬਹੁਤ ਇਕੱਠੀਆਂ ਵੋਟਾਂ ਪਈਆਂ ਜਿਹਦੇ ਨਾਲ ਫਿਰ ਦੂਜੀ ਵਾਰੀ ਉਹ ਪ੍ਰਾਈਮ ਮਿਨਿਸਟਰ ਬਣੇ। ਹੁਣ ਵੀ ਜਿਹੜਾ CAA ਕਾਨੂੰਨ ਬਣਾਇਆ ਇਹਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਕਿਹਾ ਕਿ ਜਿਹੜੇ ਲੋਕ ਅਫਗਾਨਿਸਤਾਨ ਤੋਂ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਹੈ ਉਹਨਾਂ ਨੂੰ ਅਸੀਂ ਪਨਾਹ ਦੇਵਾਂਗੇ ਅਤੇ ਸ਼ਹਿਰੀ ਦਾ ਵੀ ਖਿਤਾਬ ਦੇ ਦਾਂਗੇ, ਪਰ ਉਹਦੇ ਵਿੱਚੋਂ ਮੁਸਲਮਾਨ ਛੱਡ ਕੇ ਇਹਦੇ ਵਿੱਚ ਫੇਰ ਹਿੰਦੁੱਤਵ ਦੇ ਵਿੱਚ ਇਕੱਠ ਕਰਤਾ ਮੋਦੀ ਸਾਹਿਬ ਨੇ ਕਿ ਐਤਕੀ ਵਾਰੀ ਅਸੀਂ ਮੁਸਲਮਾਨਾਂ ਨੂੰ ਵੀ ਨਹੀਂ ਛੱਡਿਆ ਹੈਗਾ। ਸੋ ਇਹ ਸਾਰੀਆਂ ਜਿਹੜੀਆਂ ਸਟੰਟਸ ਹੈਗੀਆਂ ਇਹ ਚੱਲਦੀਆਂ ਆਉਂਦੀਆਂ ਹੈਗੀਆਂ ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਸਿੱਖਾਂ ਦੇ ਮਸਲੇ ਹੈਗੇ ਹੈ, ਕਿਸਾਨਾਂ ਦੇ ਮਸਲੇ ਹੈਗੇ ਹੈ, ਖਨੌਰੀ ਦੇ ਬਾਰਡਰ ਦੇ ਉੱਤੇ, ਫਿਰ ਸ਼ੰਭੂ ਦੇ ਬਾਰਡਰ ਦੇ ਉੱਤੇ ਹਰਿਆਣੇ ਦੀ ਪੁਲਿਸ ਨੇ, ਹਰਿਆਣੇ ਦੀ ਸਰਕਾਰ ਨੇ ਆਰਡਰ ਸੈਂਟਰ ਦੇ ਸੀਗੇ ਅਮਿਤ ਸ਼ਾਹ ਜੀ ਦੇ, ਮੋਦੀ ਸਾਹਿਬ ਦੇ ਵੀ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਵੀ ਕਿ ਐਤਕੀ ਕਿਸਾਨਾਂ ਦੇ ਉੱਤੇ ਗੋਲੀ ਚਲਾਓ ਅਤੇ ਉਹਨਾਂ ਨੂੰ ਦਿੱਲੀ ਨਾ ਆਉਣ ਦਿਓ। ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਸੰਵਿਧਾਨ ਸਾਡਾ ਆਰਟੀਕਲ 19 ਕਹਿੰਦਾ ਕਿ ਤੁਸੀਂ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਇਕੱਠ ਕਰ ਸਕਦੇ ਹੋ ਅਤੇ ਆਪਣੀ ਆਵਾਜ਼ ਉਠਾ ਸਕਦੇ ਹੋ, ਫਿਰ ਦਿੱਲੀ ਦਾ ਅਤੇ ਪੰਜਾਬ ਦਾ ਬਾਰਡਰ ਬੰਦ ਕਰਨ ਦੀ ਕੀ ਲੋੜ ਸੀਗੀ? ਹੁਣ ਵੀ ਤਾਂ ਕਿਸਾਨ ਉੱਥੇ ਜਾ ਰਹੇ ਹੈ। ਇਹ ਸਾਰਾ ਕੁਛ ਕੀਤਾ ਹੈ ਕਿ ਪੋਲਰਾਈਜ਼ ਕਰ ਦਈਏ ਹਿੰਦੂ ਵੋਟ ਨੂੰ, ਜਿਹਦੇ ਨਾਲ ਇੱਕ ਮੰਚ ਦੇ ਉੱਤੇ ਹਿੰਦੂ ਆ ਜਾਣ ਅਤੇ ਹਿੰਦੂਆਂ ਨੂੰ ਇੱਕ ਮੰਚ ਦੇ ਉੱਤੇ ਕਰਨ ਦੇ ਲਈ ਮੋਦੀ ਸਰਕਾਰ ਨੇ, ਇਹਨਾਂ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਸ਼ੁਰੂ ਕਰ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲੀਡਰ ਸੀਗੇ ਉਹਨਾਂ ਨੂੰ ਵੀ ਗੋਲੀ ਮਰਵਾ ਦਿੱਤੀ ਹੈ। ਹਰਦੀਪ ਸਿੰਘ ਨਿੱਜਰ ਹੈ, ਰਿਪੂਦਮਨ ਸਿੰਘ ਮਲਿਕ ਹੈ, ਸੁਖਦੂਲ ਸਿੰਘ ਹੈ ਅਤੇ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡਾ ਹੈਗੇ ਹੈ ਅਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਹੈ ਅਤੇ ਰੋਡੇ ਸਾਹਿਬ ਹੈਗੇ ਹੈ, ਇਹਨਾਂ ਨੂੰ ਵੀ ਮਰਵਾਤ ਹੈ। ਇਸ ਦੇਸ਼ ਦੇ ਹਰਿਆਣੇ ਸੂਬੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤ ਹੈ, ਫਿਰ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦਿੱਤਾ ਹੈਗਾ। ਇਹ ਇੱਕ ਨਵੀਂ ਚੀਜ਼ ਹੈ ਅਤੇ ਅਮੈਰੀਕਾ ਦੇ ਵਿੱਚ ਮੋਦੀ ਦੀ ਸਰਕਾਰ ਪੰਨੂ ਜੀ ਨੂੰ ਮਰਵਾਉਣਾ ਚਾਹੁੰਦੀ ਸੀ, ਪਰ ਅਮਰੀਕਾ ਦੀ ਸਰਕਾਰ ਨੂੰ ਪਹਿਲਾਂ ਪਤਾ ਲੱਗ ਗਿਆ ਅਤੇ ਉਹਨਾਂ ਨੇ ਮਨੂ ਸਾਹਿਬ ਨੂੰ ਬਚਾ ਲਿਆ, ਪੰਨੂ ਸਾਹਿਬ ਨੂੰ। ਅਤੇ ਇੱਕ ਬੰਦਾ ਜਿਸ ਨੇ ਇਹ ਸਾਰਾ ਇਕੱਠ ਕੀਤਾ ਸੀ ਕਿ ਕਿਵੇਂ ਕਤਲ ਕਰਾਉਣੇ ਹੈ, ਉਹ ਅਮੈਰੀਕਾ ਨੇ ਫੜ ਲਿਆ ਔਰ ਇਹਦੀ ਪੁੱਛਗਿੱਛ ਹੋ ਰਹੀ ਹੈ ਕਿ ਤੁਸੀਂ ਹਿੰਦੁਸਤਾਨੀ ਲੋਕ, ਇਹ ਕਿਵੇਂ ਤੁਹਾਡਾ ਜਿਗਰਾ ਹੋਇਆ ਕਿ ਤੁਸੀਂ ਸਾਡੇ ਮੁਲਕਾਂ ਦੀ ਬਾਦਸ਼ਾਹੀ ਸੋਵਰੇਨਿਟੀ ਨੂੰ ਤੋੜ ਕੇ ਤੁਸੀਂ ਸਾਡੇ ਸ਼ਹਿਰੀ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਕਿਵੇਂ ਮਰਵਾ ਸਕਦੇ ਹੋ? ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਜਿਹੜਾ ਅਸੀਂ ਦੇਖ ਰਹੇ ਹਾਂ ਅਤੇ ਮੈਂ ਪਿੰਡਾਂ ਦੇ ਵਿੱਚ ਵੀ ਜਾਂਦਾ। ਬੀਜੇਪੀ ਦੀ ਸਰਕਾਰ ਕਹਿ ਰਹੀ ਹੈ ਕਿ ਜੀ ਅਸੀਂ ਗਰੀਬੀ ਨੂੰ ਖਤਮ ਕਰ ਦਿੱਤਾ,
इंटरनेशनल जिहड़े रिपोर्टर्स हैगे है वह भी पता नहीं कित्थों अंकड़े इकट्ठे करके लिआउंदे है। वह भी कहिंदे है जी गरीबी बहुत घट गई है, पर जदों मैं पिंडां दे विच जांदा तो गरीब तो हाहाकार मची हुई है। जे शाम नूं तुसी सड़क ते मोटर दे विच जा रहे हो तुसी देखोगे बीबियां दे सिरां दे उत्ते पन्ना लक्कड़ तीलियां दीआं रखियां हुंदियां सिर ते, क्यों करके उन्हां कोल गैस है नहीं। तो जे सवेरे निकलो तो उत्थे भी सड़कां दे उत्ते गरीब बीबियां दे सिरां दे उत्ते पन्ना पट्ठियां दीआं रखियां हुंदियां। कहने का मतलब है कि जे गरीबी चली गई है तो फिर इहोजा कष्ट करके ये साढ़े गरीब लोग किवें रह रहे हैं। असाइयां दे उत्ते जबर है, जिहड़े आदिवासी है छत्तीसगढ़ ले लो होर कुछ देख लो, वह कहिंदे है कि साढ़े जिहड़े जंगल ने इन्हां दे विच शाहूकार आके अपने खाण ना बनाउण कोले दे हीरे दे जां चांदी दे जां सोने दे ते उन्हां नूं नक्सलाइट कह के उन्हां नूं मार दिंदे है। तो मेरा मतलब है कि इत्थे कित्थे जमहूरीयत है, कित्थे सारा कुछ है। एक बहुत भारी वैक्यूम इकट्ठा होया होया खला पै गया है, तो ये जिहड़ा खला हुंदा है ये कदे खाली नहीं रहा करता, ये भरूगा। तो मैं समझदा कि जे मोदी साहब तो इन्हां दी सरकार तो हिंदुत्व दे लोग बंदे दे पुत ना बने तो इत्थे तो एक बहुत वड्डा भचाल आउण वाला हैगा, जद्दोजहद होण वाली है, जिथे गरीबां ने बाहर सड़कां दे उत्ते निकले आउणा है। तो इत्थे तो एक बड़ी रेवोल्यूशन आ जाणी है, जिवें पहले दिनां दे विच चीन दे विच आई सी, रूस दे विच आई सी, होर देशां दे विच भी आई सी, फ्रांस दे विच 18वीं सदी दे विच आई सी। सो इहो जिहे हालात इन्हां ने पैदा कर दित्ते है मज़हब दी सियासत खेड के हिंदुत्व दी। तो मैं समझदा कि ये दिन माड़े हैगे है सिखां लई, खास करके क्यों करके इन्हां दे भी कतल कराए गए है। बादल साहब ने कराए है, बीजेपी दे नाल रल के कराए है, 328 महाराज दे सरूप एस डी पी सी ने गुम करते है। तो 14 साल तो एस डी पी सी दे इलेक्शन ही नहीं हो रहे, जी का मतलब है सिखां दे लई जमहूरत ही खत्म करती है, कि साड़ी तो जमहूरत ही ना रही। जे ये साड़ी पार्लीमेंट एस डी पी सी दे इलेक्शन 14 साल तो हो नहीं रहे, तो ये तो बिल्कुल गदर वाली गल है कि इत्थे तो गदर होने वाला है। तो मैं मोदी साहब तो हिंदुत्व के लोगों नूं कहना कि ठीक है तुसीं इहो जिहे पसाद पाउंदे हो इलेक्शनां तो पहलां, कुछ ना कुछ करदे हो कि तुसीं पोलराइज कर दो अपनी वोट नूं हिंदुओं नूं एक मंच ते लै आओ, पर दूजे पासे ये भी देख लियो कि इत्थे एक बहुत भारी रेवोल्यूशन एक तब्दीली आने वाली है जिन्हों तुसी साम नहीं सकना। सो इन्हां शब्दों के नाल मैं अपनी गल करदा ते वारिस पंजाब दे ते सिखां दे कैदियों नूं ते जिन्हां नूं फांसी मिली है उन्हां नूं एकदम मोदी साहब ऑर्डर करन कि वो छुट्टन घरां नूं जाण, ते सिखां नूं भी कोई स्वाद आवे जिन्हां ने गलती करके आज़ादी दे विच हिंदुत्व दा साथ दित्ता ते अंग्रेज़ियां नूं कढ़िया। अज उही सिख पनाह ले रहे हैं अंग्रेज़ां दे मुल्कां च जिथे अंग्रेज़ां नूं कढ़िया सी, ते हिंदुत्व दा राज पैदा करता इंडिया च, ते मुसलमानां दा राज पैदा करता पाकिस्तान दे विच, ते सिखां नूं कख नहीं मिलिया हैगा सवाए गुलामी। जिहड़े पाकिस्तान दे विच सिख रहिंदे ओह मुसलमान दे गुलाम है, जिहड़े असीं इत्थे इंडिया दे विच रहिंदे असीं हिंदू दे गुलाम है, ते असीं की खटिया। सो यही गल्लां करनियां सी। वाहिगुरू जी का खालसा, वाहिगुरू जी की फतह।